ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਵਾਰੀ ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਸੁਖ ਚੈਨ ਘਰ ਮੇ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ। ਖੁਸ਼ ਨਸੀਬ ਹੈ ਕਿ ਪਾਇਆ ਆਪ ਕੋ
देखा है तुझ में रब को तुझ में ही परमात्मा। मैंने देखा है तुझ में रब को तुझ में ही परमात्मा। परम पिता हो गुरु जी मेरे कर दो दुखों का खात्मा। कर दो दुखों का खात्मा। खुशियाँ देते हो गम हर लेते हो। खुश नसीब है कि पाया आप को। ओ खुश नसीब है कि पाया आप को। कृपा करते हो झोलियाँ भरते हो। खुश नसीब है कि पाया आप को। खुश नसीब है कि पाया आपको। पर मैं लिख दूं गुरु जी नाम को। श्वासों की इस माला पर मैं लिख दूं गुरु जी नाम को। पल पल सिमरूं हृदय अंदर परम पिता के नाम को। परम पिता के नाम को। परम पिता के नाम ये खुशियाँ देते हो दुख हर लेते हो। खुश नसीब है कि पाया आपको। हाँ खुश नसीब है कि पाया आपको। कृपा करते हो झोलियाँ भरते हो। खुश नसीब है कि पाया आपको। खुश नसीब है कि पाया मेरे आन मिलो।
संग गुरु जी मेरे आन मिलो, प्रीत की रीत निभा दो गुरु जी, हर पल मेरे साथ चलो, हर पल मेरे साथ चलो, हर पल मेरे साथ ये खुशियाँ देते हो गम हर लेते हो, खुश नसीब है कि पाया आपको, ओ खुश नसीब है कि पाया आपको, ये कृपा करते हो झोलियाँ भरते हो, खुश नसीब है कि पाया आपको, खुश नसीब है कि पाया आपको।
ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਗੁਰ ਮਿਲਣੇ ਦੀਆਂ ਤਾਂਗਾਂ ਪਿਆਰਿਆ 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 ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਮੁਕਤ ਭੁਗਤ ਤੇ ਜੁਗਤੀ ਵਾਲੀ ਮਿਲਦੀ ਦਾਤ ਪਿਆਰੀ ਏ ਮੁਕਤ ਭੁਗਤ ਤੇ ਜੁਗਤੀ ਵਾਲੀ ਮਿਲਦੀ ਦਾਤ ਪਿਆਰੀ ਏ ਗੁਰੂ ਬਿਨਾ ਮਨ ਘੋਰ ਅੰਧੇਰਾ ਕਹਿੰਦੀ ਦੁਨੀਆ ਸਾਰੀ ਏ ਅੱਖੀਆਂ ਨੇ ਤਰਸਦੀਆਂ ਉੱਟਾਂ ਗੁਰ ਵੱਲ ਕਦੋਂ ਪੁਲਾਂਗਾ ਛਮ ਛਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਮੀ ਛਮ ਛਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਨਾਲ ਪਿਆਰੇ ਨੇ ਹੋ ਲੱਗਿਆ ਉੜਕ ਸਾਥ ਨਿਭਾਵਾਂ ਮੈਂ ਨਾਲ ਪਿਆਰੇ ਨੇ ਹੋ ਲੱਗਿਆ ਉੜਕ ਸਾਥ ਨਿਭਾਵਾਂ ਮੈਂ ਮੀ ਵਰਸੇ ਜਿੰਦ ਤਰਸੇ ਮੇਰੀ ਦਸ ਗੁਰਾਂ ਦੇ ਪਾਵਾਂ ਮੈਂ ਹੋ ਜਾਣ ਪੂਰੀਆਂ ਜੀ ਮੇਰੀਆਂ ਪ੍ਰੀਤਮ ਦੇ ਨਾਲ ਸਾਂਝਾ ਛਮ ਛਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ ਮੀ ਛਮ ਛਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ
दूर गुरु तेरा होए द्वारा पर मेरा मन नेड़े है। दूर गुरु तेरा होए द्वारा पर मेरा मन नेड़े है। मैं पापी दे कर्मा वाली दूर गुरु हाथ तेरे है। ਦਿਓ ਤੋੜ ਸਤਿਗੁਰੂ ਜੀ ਹੁਣ ਇਹ ਜਨਮ ਮਰਨ ਦੀਆਂ ਬਾਂਧਾਂ। ਚਮ ਚਮ ਬਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਨੀ ਸ਼ਮ ਸ਼ਮ ਬਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਖੈਰ ਖਿਮਾ ਦੀ ਦਰ ਤੇਰੇ ਬਿਨ ਹੋਰ ਕਿਸੇ ਤੋਂ ਮਿਲਦੀ ਨਾ। ਢੂੰਡ ਥੱਕੀ ਮੈਂ ਪਰ ਇਸ ਜੱਗ ਤੋਂ ਮਿਲੀ ਦਵਾਈ ਦਿਲ ਦੀ ਨਾ। ਇਸ ਮਨ ਨੂੰ ਰੋਗ ਬੁਰੇ ਗੁਰਬਿਨ ਕੌਣ ਸੁਣੇਗਾ ਚੰਗਾ। ਚਮ ਚਮ ਬਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਬਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਸ਼ਮ ਸ਼ਮ ਉਹਨਾਂ ਨੇ ਗੁਰਬਾਣੀ ਦੇ ਵਿੱਚ ਗੁਰਸਿੱਖ ਨੂੰ ਆਖਿਆ ਕਿ ਗੁਰਸਿੱਖਾ ਤੇਰੇ ਮਨ ਦੀ ਅਵਸਥਾ ਐਸੀ ਬਣ ਜਾਣੀ ਚਾਹੀਦੀ ਹੈ ਕਿ ਭਾਵੇਂ ਮੀਂਹ ਪੈ ਰਹੇ ਹੈ, ਹਨੇਰੀ ਚੱਲ ਰਹੀ ਹੈ, ਝੱਖੜ ਤੂਫਾਨ ਚੱਲ ਰਿਹਾ ਹੈ, ਪਰ ਤੂੰ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜ਼ਰੂਰ ਆਵੇਂ। ਸਾਧ ਸੰਗਤ ਪਾਤਸ਼ਾਹ ਨੇ ਗੁਰਬਾਣੀ ਵਿੱਚ ਉਚਾਰਿਆ ਹੈ, ਉਹਨਾਂ ਨੇ ਕਿਸੇ ਆਪਣੇ ਐਸੇ ਪੂਰਨ ਸੇਵਕ ਦੀ ਉਹਦੇ ਮਨ ਦੀ ਅਵਸਥਾ ਨੂੰ ਬਿਆਨ ਕੀਤਾ ਹੈ
ਕਹਿੰਦੇ ਨੇ ਕਿ ਜਿਹੜਾ ਸੱਚਾ ਸੇਵਕ ਹੈ ਨਾ ਸਾਡਾ, ਉਹਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਣ ਜਾਂਦੀ ਹੈ। ਸਤਿਗੁਰੂ ਗੁਰਬਾਣੀ ਵਿੱਚ ਉਚਾਰਨ ਕਰ ਰਹੇ ਨੇ ਕਿ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਸਤਿਗੁਰੂ ਆਖ ਰਹੇ ਨੇ ਕਿ ਗੁਰਸਿੱਖਾ, ਜੇ ਤੂੰ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਨਾ, ਤੇ ਭਾਵੇਂ ਹਨੇਰੀ ਝੱਖੜ ਮੀਂਹ ਪੈ ਰਿਹਾ, ਆਪਣੇ ਗੁਰੂ ਦੇ ਚਰਨਾਂ ਵਿੱਚ ਜ਼ਰੂਰ ਆ। ਤੇ ਇਹ ਤਾਂ ਹੋਈ ਨਾ ਸਾਧ ਸੰਗਤ, ਕੁਦਰਤੀ ਗੱਲ ਕਿ ਮੀਂਹ ਪੈਣਾ, ਹਨੇਰੀ ਆਉਣੀ, ਝੱਖੜ ਤੂਫਾਨ ਚੱਲਣੇ। ਤੇ ਕਹਿੰਦੇ ਨੇ ਕਿ ਜੇ ਆਪਣੇ ਗੁਰੂ ਨਾਲ ਪਿਆਰ ਹੋਵੇ, ਆਪਣੇ ਗੁਰੂ ਨਾਲ ਮੋਹ ਹੋਵੇ, ਸੱਚੀ ਪ੍ਰੀਤ ਹੋਵੇ, ਤਾਂ ਸਤਿਗੁਰੂ ਆਖ ਰਹੇ ਨੇ ਕਿ ਕਦੀ ਕਦੀ ਮਨ ਐਸਾ ਬਣ ਜਾਂਦਾ, ਕਦੀ ਕਦੀ ਮਨ ਦੇ ਵਿੱਚ ਗੁਰੂ ਦਾ ਪਿਆਰ ਐਸਾ ਉੱਠਦਾ ਕਿ ਨੇਤਰਾਂ ਵਿੱਚੋਂ ਅੱਖਾਂ ਵਿੱਚੋਂ ਗੁਰੂ ਦੇ ਪਿਆਰ ਦਾ ਮੀਂਹ ਵਸ ਪੈਂਦਾ। ਗੁਰੂ ਦੇ ਪਿਆਰ ਦਾ, ਗੁਰੂ ਦੀ ਸੱਚੀ ਪ੍ਰੀਤ ਦਾ ਮੀਂਹ ਪੈਣ ਲੱਗ ਪੈਂਦਾ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ। ਤਾਂ ਸਾਧ ਸੰਗਤ, ਐਸੀ ਪ੍ਰੀਤ, ਐਸਾ ਪਿਆਰ ਜਿਸ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਿਆ, ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਪੂਰਨ ਸੇਵਕ ਨੇ ਨਾ, ਉਹ ਆਪਣੇ ਗੁਰੂ ਨਾਲ ਐਸੀ ਪ੍ਰੀਤ ਕਰਦੇ ਨੇ ਕਿ ਜਿਵੇਂ ਮਾਨ ਸਰੋਵਰ ਦੇ ਹੰਸ ਮੋਤੀਆਂ ਨਾਲ ਪਿਆਰ ਕਰਦੇ ਨੇ, ਭਾਵ ਮੋਤੀ ਖਾਂਦੇ ਨੇ। ਤੇ ਕਹਿੰਦੇ ਨੇ ਕਿ ਕੋਇਲ ਦਾ ਪਿਆਰ ਅੰਬਾਂ ਨਾਲ ਹੈ ਤੇ ਉਹ ਉਹਨਾਂ ਦੇ ਵੈਰਾਗ ਵਿੱਚ ਮਿੱਠੇ ਗੀਤ ਗਾਉਂਦੀ ਰਹਿੰਦੀ ਹੈ, ਤੇ ਚੰਦਨ ਦੀ ਸੁਗੰਧੀ ਹੈ ਨਾ ਜਿਹੜੀ, ਉਹਦੇ ਨਾਲ ਸਾਰੀ ਬਨਸਪਤੀ ਝੂਮ ਉੱਠਦੀ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਲੋਹਾ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ, ਨਦੀਆਂ ਤੇ ਨਾਲੇ ਗੰਗਾ ਨਾਲ ਮਿਲ ਕੇ ਪਵਿੱਤਰ ਹੋ ਜਾਂਦੇ ਨੇ। ਇਹ ਪਿਆਰ ਦੀ ਗੱਲ ਹੈ, ਤੇ ਐਸਾ ਪਿਆਰ ਇਤਿਹਾਸ ਦੇ ਵਿੱਚ ਆਉਂਦਾ ਹੈ। ਜਦੋਂ ਇਤਿਹਾਸ ਨੂੰ ਵਾਚੀਏ ਤਾਂ ਸਾਧ ਸੰਗਤ, ਇੱਕ ਮਾਤਾ ਇੱਕ ਮਾਈ ਜਿਸਦਾ ਨਾਮ ਸਰਖਾਨਾ ਇਤਿਹਾਸ ਵਿੱਚ ਆਇਆ, ਮਾਈ ਸਰਖਾਨਾ ਗੁਰੂ ਘਰ ਤੋਂ ਬੜਾ ਪਿਆਰ ਸਤਿਕਾਰ ਪ੍ਰਾਪਤ ਕਰ ਚੁੱਕੀ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਦਿਨ ਉਸ ਮਾਈ ਸਰਖਾਨਾ ਨੇ ਕਿਸੇ ਗੁਰੂ ਦੇ ਸਿੱਖ ਪਾਸੋਂ ਗੁਰੂ ਘਰ ਦੀ ਸ਼ੋਭਾ ਵਡਿਆਈ ਸੁਣੀ, ਤੇ ਸਾਧ ਸੰਗਤ ਸਮਾਂ ਕੀ ਸੀ ਕਿ ਉਹ ਮਾਈ ਬੁਢੇਪਾ ਨੇੜੇ ਸੀ ਤੇ ਜਵਾਨੀ ਦੂਰ ਜਾ ਚੁੱਕੀ ਸੀ, ਧੀਆਂ ਪੁੱਤਰ ਵਿਆਹੇ ਗਏ,
ਜ਼ਿੰਮੇਵਾਰੀਆਂ ਸਿਰੋਂ ਟਲ ਗਈਆਂ ਤੇ ਹੁਣ ਉਸ ਨੂੰ ਜਨਮ ਮਰਨ ਦੇ ਗੇੜ ਦਾ ਗਿਆਨ ਹੋ ਗਿਆ ਸੀ। ਪਰ ਇਹ ਨਹੀਂ ਪਤਾ ਸੀ ਕਿ 84 ਦਾ ਗੇੜ ਮੁੱਕੇਗਾ ਕਿਵੇਂ। ਤਾਂ ਸਾਧ ਸੰਗਤ ਉਸ ਗੁਰਸਿੱਖ ਨੇ ਮਾਈ ਨੂੰ ਗੁਰਸਿੱਖੀ ਦਾ ਗਿਆਨ ਕਰਾਉਂਦਿਆਂ ਹੋਇਆਂ ਇਹ ਸ਼ਬਦ ਪੜਿਆ ਕਿ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੁੜ ਜਨਮ ਨਾ ਆਵਾਂ। ਜਦੋਂ ਸਾਧ ਸੰਗਤ ਸ਼ਬਦ ਸੁਣਿਆ ਨਾ, ਇਹ ਸ਼ਬਦ ਜੋ ਹਿਰਦੇ ਵਿੱਚ ਵੱਸਦਾ ਹੈ ਉਹ ਸ਼ਬਦ ਸਤਿਗੁਰੂ ਜੀ ਪਾਸੋਂ ਪ੍ਰਾਪਤ ਹੁੰਦਾ ਹੈ। ਤਾਂ ਸਾਧ ਸੰਗਤ ਉਸ ਸਮੇਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਗੱਦੀ ਉੱਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵਿਰਾਜਮਾਨ ਸਨ। ਗੁਰਸਿੱਖ ਕਹਿੰਦਾ ਕਿ ਮਾਤਾ, ਜੇ ਤੂੰ ਕੁਝ ਪ੍ਰਾਪਤ ਕਰਨਾ ਹੈ, ਇਹ 84 ਦਾ ਗੇੜਾ ਮੁਕਾਉਣਾ ਹੈ ਨਾ, ਤਾਂ ਉਹਨਾਂ ਨੂੰ ਯਾਦ ਕਰ, ਉਹਨਾਂ ਦੇ ਚਰਨਾਂ ਵਿੱਚ ਮਨ ਲਾ ਲੈ, ਸ਼ਰਧਾ ਧਾਰਨ ਕਰ। ਤੇ ਮਾਈ ਕਹਿੰਦੀ ਕਿ ਗੁਰਸਿੱਖਾ, ਠੀਕ ਹੈ ਮੈਂ ਸ਼ਰਧਾ ਕਰਾਂਗੀ, ਮੈਨੂੰ ਦੱਸ ਸੇਵਾ ਵਾਸਤੇ ਭੇਟਾ ਕੀ ਰੱਖਾਂਗੀ, ਜਦੋਂ ਦਰਸ਼ਨ ਕਰਨਾ। ਗੁਰਸਿੱਖ ਕਹਿੰਦਾ ਕਿ ਮਾਤਾ, ਸਤਿਗੁਰੂ ਜੀ ਪ੍ਰੀਤ ਤੇ ਸ਼ਰਧਾ ਚਾਹੁੰਦੇ ਨੇ, ਕਾਰ ਭੇਟਾ ਜੋ ਸਰੇ ਤੇਰੇ ਪਾਸੋਂ ਉਹ ਦੇ ਦੇਵੀਂ, ਪਹੁੰਚ ਤੋਂ ਉੱਪਰ ਕੁਝ ਨਹੀਂ ਮੰਗਦੇ, ਇੱਕ ਟਕੇ ਨਾਲ ਵੀ ਪ੍ਰਸੰਨ ਹੋ ਜਾਂਦੇ ਨੇ, ਭਾਵੇਂ ਉਹਨਾਂ ਦੇ ਦਰਬਾਰ ਵਿੱਚ ਉਹਨਾਂ ਦੇ ਸੇਵਕ ਹਾਥੀ ਘੋੜੇ ਦੁਸ਼ਾਲੇ ਰੇਸ਼ਮੀ ਵਸਤਰ ਸੋਨਾ ਚਾਂਦੀ ਬੇਅੰਤ ਭੇਟਾ ਚੜਾਉਂਦੇ ਨੇ, ਮਾਤਾ 9 ਨਿਧੀਆਂ ਤੇ 12 ਸਿੱਧੀਆਂ ਹਨ, ਸਤਿਗੁਰੂ ਜੀ ਜ਼ਰੂਰ ਤੁਹਾਡਾ ਜਨਮ ਮਰਨ ਕੱਟ ਦੇਣਗੇ, ਉਹ ਮੇਰਾ ਦੇ ਸਾਗਰ ਨੇ। ਸਾਧ ਸੰਗਤ ਗੁਰੂ ਘਰ ਦੀ ਸ਼ੋਭਾ ਸੁਣੀ ਮਾਈ ਸਰਖਾਨਾ ਨੇ ਤੇ ਮਨ ਵਿੱਚ ਸਤਿਕਾਰ ਪਿਆਰ ਆਇਆ, ਉਸੇ ਦਿਨ ਤੋਂ ਧਿਆਨ ਧਰ ਲਿਆ ਗੁਰਸਿੱਖ ਰਾਹੀਂ ਸੁਣੇ ਮੂਲ ਮੰਤਰ ਦਾ ਜਾਪ ਕਰਨ ਲੱਗੀ, ਮਨ ਵਿੱਚ ਪ੍ਰੇਮ ਜਾਗ ਪਿਆ, ਮਨ ਦੇ ਨਾਲ ਹੱਥ ਵੀ ਸੇਵਾ ਲਈ ਉਤਸ਼ਾਹੀ ਹੋਏ ਤੇ ਆਪਣੇ ਖੇਤਾਂ ਵਿੱਚੋਂ ਉਸਨੇ ਸਾਧ ਸੰਗਤ ਮੋਟੇ ਮੋਟੇ ਗੁੱਲਾਂ ਵਾਲੀ ਕਪਾਹ ਚੁਣੀ, ਕਪਾਹ ਚੁਣ ਕੇ ਵੇਲੀ ਤੇ ਮੁੜ ਕੇ ਰੂਹ ਪੰਜਾਇਆ, ਰੂਹ ਪਿੰਜਿਆ ਗਿਆ ਤਾਂ ਸਤਿਗੁਰੂ ਜੀ ਦਾ ਧਿਆਨ ਧਰ ਕੇ ਕੱਤਦੀ ਰਹੀ। ਵੇਖੋ ਕੈਸਾ ਪਿਆਰ, ਰੂਹ ਕੱਤਿਆ ਤੇ ਜੁਲਾਹੇ ਕੋਲੋਂ ਸ਼ਰਧਾ ਨਾਲ ਕੱਪੜਾ ਤਿਆਰ ਕਰਵਾਇਆ, ਬੁਢੇਪੇ ਵਿੱਚ ਲੰਮੀ ਉਮਰ ਦੇ ਤਜਰਬੇ ਨਾਲ ਬਰੀਕ ਅਤੇ ਸੂਤਰ ਦਾ ਕੱਪੜਾ ਰੇਸ਼ਮੀ ਕੱਪੜੇ ਵਾਂਗ ਸੀ, ਹੱਥੀ ਚਾਦਰਾ ਸੀਤਾ, ਮਨ ਵਿੱਚ ਸ਼ਰਧਾ ਧਾਰੀ ਕਿ ਸਤਿਗੁਰੂ ਕਿਰਪਾ ਕਰੋ ਦਰਸ਼ਨ
ਮੈਨੂੰ ਪ੍ਰਾਪਤ ਹੋ ਜਾਣ। ਸਾਧ ਸੰਗਤ ਮਾਤਾ ਗੁਰਸਿੱਖਾਂ ਕੋਲੋਂ ਸੁਣਦੀ ਰਹੀ ਕਿ ਗੁਰੂ ਜੀ ਦੇ ਦਰਬਾਰ ਵਿੱਚ ਰਾਜੇ ਮਹਾਰਾਜੇ ਅਤੇ ਵਜ਼ੀਰ ਆਉਂਦੇ ਨੇ, ਪਰ ਮਨ ਵਿੱਚ ਸੋਚਦੀ ਮੈਂ ਤਾਂ ਇੱਕ ਗੁਰਸਿੱਖ ਹਾਂ, ਜਿਸ ਕੋਲ ਇੱਕ ਚਾਦਰ ਹੈ ਉਹ ਵੀ ਖੱਦਰ ਦਾ, ਤੇ ਇਹਨੂੰ ਸਤਿਗੁਰੂ ਪ੍ਰਵਾਨ ਕਿਵੇਂ ਕਰਨਗੇ। ਮਨ ਵਿੱਚ ਵਿਰਾਗ ਆਇਆ, ਮਨ ਦੇ ਉਤਰਾ ਚੜਾ ਰਹੇ ਨੇ ਮੇਰੀ ਪੀਰੀ ਦੇ ਮਾਲਕ। ਜੇ ਮਨ ਵਿੱਚ ਸੱਚਾ ਪਿਆਰ ਹੋਵੇ ਨਾ ਤਾਂ ਸਤਿਗੁਰੂ ਕਿਵੇਂ ਸੁਣਦੇ ਨੇ। ਐਸਾ ਸਮਾਂ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਪੂਜਨੀਕ ਬਣਾਉਣ ਤੇ ਸਿੱਖਾਂ ਸੇਵਕਾਂ ਨੂੰ ਤਾਰਨ ਵਾਸਤੇ ਗਏ। ਜਦੋਂ ਸਤਿਗੁਰੂ ਡਰੋਲੀ ਭਾਈ ਪਹੁੰਚੇ ਦੀਵਾਨ ਲੱਗਿਆ ਹੋਇਆ ਸੀ, ਸਿੱਖ ਸੰਗਤ ਆਉਂਦੀ ਦਰਸ਼ਨ ਕਰ ਕਰਕੇ ਵਾਪਸ ਚਲੇ ਜਾਂਦੀ ਤੇ ਸਤਿਗੁਰਾਂ ਦੀ ਸੁਗੰਧੀ ਘਰਾਂ ਤੇ ਨਗਰਾਂ ਵਿੱਚ ਜਾ ਕੇ ਖਿਲਾਰਦੀ। ਤੇ ਜਦੋਂ ਮਾਤਾ ਮਾਈ ਸਰਖਾਨਾ ਨੂੰ ਪਤਾ ਲੱਗਿਆ ਨਾ ਕਿ ਪਾਤਸ਼ਾਹ ਨੇੜੇ ਆ ਗਏ ਨੇ, ਤੇ ਸਾਧ ਸੰਗਤ ਉਹ ਵੀ ਉੱਠ ਖਲੋਤੀ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਕਿ ਹੁਣ ਤਾਂ ਸਤਿਗੁਰੂ ਸਾਡੇ ਇਲਾਕੇ ਵਿੱਚ ਆਪ ਚੱਲ ਕੇ ਆਏ ਨੇ। ਕੀ ਕੀਤਾ ਮਾਤਾ ਨੇ, ਦੇਸੀ ਖੰਡ ਵਿੱਚ ਘਿਓ ਰਲਾਇਆ, ਮੱਖਣ ਦੇ ਪਰੌਂਠੇ ਪਕਾਏ ਤੇ ਚਾਦਰੇ ਨੂੰ ਜੋੜ ਕੇ ਸਿਰ ਉੱਤੇ ਰੱਖ ਕੇ ਚੱਲ ਪਈ। ਚਾਰ ਪੰਜ ਕੋਹ ਦਾ ਪੈਂਡਾ ਮਾਰ ਕੇ ਜਦੋਂ ਮਾਈ ਸਰਖਾਨਾ ਗੁਰੂ ਦਰਬਾਰ ਦੇ ਨੇੜੇ ਪਹੁੰਚੀ ਤਾਂ ਸਾਧ ਸੰਗਤ ਮਾਈ ਦੇ ਪੈਰ ਰੁਕ ਗਏ। ਉਹ ਮਨ ਦੇ ਵਿੱਚ ਵਿਚਾਰ ਕਰਨ ਲੱਗੀ, ਕਹਿੰਦੀ ਮੈਂ ਗਰੀਬਣੀ ਹੈ, ਮੇਰੀ ਖੱਦਰ ਦੀ ਚਾਦਰ ਖੰਡ ਘਿਓ ਤੇ ਪਰੌਂਠੇ ਕੀ ਕੀਮਤ ਰੱਖਦੇ ਨੇ। ਜਿੱਥੇ ਰਾਜਿਆਂ ਮਹਾਰਾਜਿਆਂ ਦੇ ਕੀਮਤੀ ਦੁਸ਼ਾਲੇ ਆਏ ਹੋਣਗੇ, 36 ਪ੍ਰਕਾਰ ਦੇ ਭੋਜਨ ਛਕਣ ਵਾਲੇ ਦਾਤੇ, ਇਹ ਭਾਰੀ ਪਰੌਂਠੇ ਕੀ ਪਤਾ ਖਾਣ ਕਿ ਨਾ ਖਾਣ। ਮਨ ਵਿੱਚ ਵੈਰਾਗ ਆ ਗਏ ਤੇ ਸਾਧ ਸੰਗਤ ਮਾਈ ਕੰਧ ਦੇ ਨਾਲ ਲੱਗ ਕੇ ਖਲੋ ਗਈ ਤੇ ਸਤਿਗੁਰੂ ਜੀ ਨੂੰ ਯਾਦ ਕਰ ਰਹੀ ਹੈ ਕਿ ਸਤਿਗੁਰੂ ਮੈਂ ਗਰੀਬਣੀ ਹਾਂ, ਸਾਰੀ ਦੁਨੀਆ ਨੂੰ ਭੁੱਲ ਗਈ, ਸੁਰਤ ਜੁੜ ਗਈ ਸਤਿਗੁਰੂ ਪਾਤਸ਼ਾਹ ਦੇ ਨਾਲ। ਵੈਰਾਗ ਦੇ ਨਾਲ ਸਾਧ ਸੰਗਤ ਨੇਤਰਾਂ ਵਿੱਚੋਂ ਅਥਰੂ ਜਾ ਰਹੇ ਨੇ, ਅੱਖਾਂ ਵਿੱਚੋਂ ਪਾਣੀ ਜਾ ਰਿਹਾ, ਇਉਂ ਲੱਗ ਰਿਹਾ ਕਿ ਜਿਵੇਂ ਅੱਖਾਂ ਵਿੱਚੋਂ ਮੀਂਹ ਪੈ ਰਿਹਾ ਹੋਵੇ। ਯਾਦ ਕਰ ਰਹੀ ਹੈ ਕਿ ਸਾਧ ਸੰਗਤ ਉਧਰ ਸਤਿਗੁਰੂ ਅੰਤਰਯਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹ ਜਾਣ ਗਏ ਕਿ ਮਾਤਾ ਸਰਖਾਨਾ ਧਿਆਨ ਧਰ ਕੇ ਖਲੋਤੀ ਹੈ। ਸਤਿਗੁਰੂ ਨੇ ਵਿਚਾਰਿਆ, ਕਹਿੰਦੇ ਨੇ ਕਿ ਮਾਤਾ ਦੇ ਅੱਗੇ ਭਰਮ ਦੀ ਕੰਧ ਬਣੀ ਹੈ ਤੇ ਜਿੰਨਾ ਚਿਰ ਉਹ ਕੰਧ ਪਾਸੇ ਨਹੀਂ ਨਾ ਹਟਦੀ, ਜਿੰਨਾ ਚਿਰ ਮੇਰਾ ਨਾ ਹੋਣ, ਅੰਤਰਯਾਮੀ ਸਤਿਗੁਰੂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਘੋੜਾ ਲਿਆਓ। ਲਿਆਂਦਾ ਗਿਆ ਤੇ ਸਾਧ ਸੰਗਤ ਸਤਿਗੁਰੂ ਉੱਠ ਖਲੋਤੇ, ਜੋੜਾ ਪਾਇਆ
ਕਾਲੀ ਨਾਲ ਦੀਵਾਨ ਵਿੱਚੋਂ ਬਾਹਰ ਹੋਏ। ਸਿੱਖ ਸੰਗਤ ਚੋਜੀ ਪ੍ਰੀਤਮ ਦੇ ਚੋਜ ਨੂੰ ਵੇਖ ਕੇ ਹੈਰਾਨ ਹੋਈ। ਜਿਹੜੇ ਭੇਤੀ ਸਨ ਨਾ, ਉਹ ਸਮਝ ਗਏ ਕਿ ਕਿਸੇ ਜੀਵ ਦਾ ਪਾਰ ਉਤਾਰਾ ਕਰਨ ਵਾਸਤੇ ਸਤਿਗੁਰੂ ਚੱਲੇ ਨੇ। ਜਿਹੜੇ ਨਵੇਂ ਸਨ ਉਹ ਹੈਰਾਨ ਨੇ। ਉਧਰ ਮਾਤਾ ਸਰਖਾਨਾ ਦੇ ਨੇਤਰ ਮੁੰਦੇ ਹੋਏ ਸਨ, ਅੱਖਾਂ ਵਿੱਚੋਂ ਮੀਂਹ ਵਾਂਗੂ ਜਲ ਜਾ ਰਹੇ ਹੈ। ਬੇਨਤੀਆਂ ਕਰੀ ਜਾ ਰਹੀ ਹੈ ਕਿ ਸਤਿਗੁਰੂ ਮੈਂ ਗਰੀਬ ਕੰਗਾਲਣ ਹਾਂ, ਕਿਵੇਂ ਦਰਬਾਰ ਵਿੱਚ ਪਹੁੰਚਿਆ। ਡਰ ਲੱਗਦਾ ਹੈ ਕਿ ਤੁਹਾਡੇ ਕੋਲ ਤਾਂ ਰਾਜੇ ਮਹਾਰਾਜੇ ਸ਼ਾਹੂਕਾਰ ਆਉਂਦੇ ਨੇ, ਮੇਰ ਕਰੋ, ਮੈਂ ਦਰਸ਼ਨ ਵਾਸਤੇ ਦੂਰ ਖਲੋਤੀ ਹੈ, ਕੋਈ ਚਾਰਾ ਨਹੀਂ, ਦਇਆ ਕਰੋ। ਜਦੋਂ ਨੇਤਰ ਬੰਦ ਕਰਕੇ ਸਾਧ ਸੰਗਤ ਯਾਦ ਕਰੀ ਜਾ ਰਹੀ ਹੈ ਨਾ, ਤਾਂ ਉਧਰ ਸਤਿਗੁਰੂ ਜੀ ਘੋੜੇ ਉੱਤੇ ਸਵਾਰ ਹੋਏ, ਘੋੜੇ ਨੂੰ ਨਠਾਇਆ ਤੇ ਪਹੁੰਚੇ ਜਿੱਥੇ ਮਾਤਾ ਕੰਧ ਨਾਲ ਢੋ ਲਾ ਕੇ ਖਲੋਤੀ ਸੀ। ਪਾਤਸ਼ਾਹ ਨੇ ਦਿੱਤੀ ਆਵਾਜ਼, ਕਹਿੰਦੇ ਮਾਤਾ ਜੀ ਦੇਖੋ, ਅੱਖਾਂ ਖੋਲ ਕੇ ਵੇਖੋ। ਜਦੋਂ ਸਤਿਗੁਰਾਂ ਦਾ ਇਹ ਬਚਨ ਸੁਣਿਆ ਤਾਂ ਸਾਧ ਸੰਗਤ ਮਾਤਾ ਨੇ ਅੱਖਾਂ ਖੋਲੀਆਂ, ਤੱਕਿਆ ਉਹ ਦਾਤੇ ਨੇ ਜਿਨ੍ਹਾਂ ਨੂੰ ਮੈਂ ਯਾਦ ਕਰ ਰਹੀ ਸਾਂ, ਘੋੜੇ ਤੇ ਸਵਾਰ ਨੇ। ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਮਾਈ ਕਾਲੀ ਨਾਲ ਅੱਗੇ ਹੋਈ, ਚਰਨਾਂ ਤੇ ਮੱਥਾ ਟੇਕਿਆ। ਸਾਧ ਸੰਗਤ ਖੁਸ਼ੀ ਵਿੱਚ ਇੰਨੀ ਬੇਹਬਲ ਹੋ ਗਈ, ਉਹਦੀ ਜ਼ਬਾਨ ਨਾ ਖੁੱਲੇ, ਉਹ ਬੋਲ ਨਾ ਸਕੇ ਤੇ ਡੁੱਲਦੇ ਨੈਣੀ ਡੁੱਲਦੇ ਨੈਣਾ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਵੇਖੀ ਜਾ ਰਹੀ ਹੈ, ਦਰਸ਼ਨ ਕਰ ਰਹੀ ਹੈ। ਸੱਚੇ ਪਾਤਸ਼ਾਹ ਨੇ ਆਖਿਆ, ਚੰਗਾ ਮਾਤਾ ਜੀ ਸਾਨੂੰ ਬੜੀ ਭੁੱਖ ਲੱਗੀ ਹੈ, ਦਿਓ ਰੋਟੀ, ਦਿਓ ਪਰੌਂਠੇ। ਸਤਿਗੁਰੂ ਕਹਿੰਦੇ ਮਾਤਾ ਜੀ ਅਸੀਂ ਤਾਂ ਤੁਹਾਨੂੰ ਉਡੀਕ ਰਹੇ ਸੀ ਤੇ ਤੁਸੀਂ ਰਾਹ ਵਿੱਚ ਖਲੋਤੇ ਹੋ, ਵੇਖੋ ਕੈਸਾ ਪਿਆਰ ਹੈ। ਤੇ ਸਾਧ ਸੰਗਤ ਮਾਈ ਨੇ ਬੁੱਕਲ ਵਿੱਚੋਂ ਘਿਓ ਖੰਡ ਵਾਲਾ ਛੰਨਾ ਤੇ ਪਰੌਂਠੇ ਕੱਢੇ, ਸਤਿਗੁਰਾਂ ਨੂੰ ਫੜਾ ਦਿੱਤੇ ਤੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਛਕੇ। ਤੇ ਪ੍ਰਸ਼ਾਦੇ ਛਕਣ ਪਿੱਛੋਂ ਸਾਧ ਸੰਗਤ ਪਾਤਸ਼ਾਹ ਨੇ ਆਖਿਆ ਕਿ ਮਾਤਾ ਜੀ ਲਿਆਓ ਚਾਦਰ, ਅੰਦਰ ਜਾਮੀ ਜੋ ਸਨ। ਚਾਦਰ ਲੈ ਲਈ ਤੇ ਮਾਤਾ ਨੇ ਚਾਦਰ ਭੇਟ ਕੀਤੀ ਤੇ ਮਾਈ ਨੇ ਦਰਸ਼ਨ ਰੱਜ ਰੱਜ ਕੇ ਕਰ ਲਏ। ਮਨ ਦੀ ਸ਼ਰਧਾ ਪੂਰੀ ਹੋਈ, ਮਾਤਾ ਨਿਹਾਲ ਹੋਈ। ਪਿਆਰ ਜੋ ਸੀ ਨਾ, ਜੇ ਪਿਆਰ ਨਾਲ ਦਰਸ਼ਨ ਕੀਤੇ ਜਾਣ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ। ਮਾਤਾ ਦਾ ਵੀ ਜਨਮ ਮਰਨ ਦਾ ਗੇੜ ਮੁੱਕ ਗਿਆ ਤੇ ਸਾਧ ਸੰਗਤ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਕਿ ਆਪਣੀ ਕਿਰਪਾ ਨਾਲ ਮਾਈ ਸਰਖਾਨਾ ਨੂੰ ਅਮਰ ਕਰ ਦਿੱਤਾ। ਤੇ ਜਦੋਂ ਸਤਿਗੁਰੂ ਮਾਈ ਸਰਖਾਨਾ ਨੂੰ ਤਾਰ ਰਹੇ ਸਨ ਨਾ, ਤੇ ਸਾਧ ਸੰਗਤ ਪਿੱਛੇ ਸਿੱਖ ਆ ਗਏ ਤੇ ਆਪਣੇ ਹਜ਼ੂਰੀ ਸਿੱਖਾਂ ਨੂੰ ਸਤਿਗੁਰੇ ਨੇ ਆਖਿਆ ਕਿ ਗੁਰਸਿੱਖੋ, ਮਾਤਾ ਜੀ ਨੂੰ ਪਿਆਰ ਸਤਿਕਾਰ ਨਾਲ ਦਰਬਾਰ ਵਿੱਚ ਲੈ ਆਓ। ਤਾਂ ਸਾਧ ਸੰਗਤ ਮਾਤਾ ਨੂੰ ਦਰਬਾਰ ਵਿੱਚ ਲੈ ਆਏ। ਲਿਖਿਆ ਕਿ ਮਾਤਾ ਸਰਖਾਨਾ ਦੋ ਦਿਨ
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਰਹਿ ਕੇ ਦਰਸ਼ਨ ਸੇਵਾ ਕਰਦੀ ਰਹੀ, ਉਹਦੀ ਕਲਿਆਣ ਹੋ ਗਈ। ਉਹਨੂੰ ਸਤਿਗੁਰੂ ਪਾਤਸ਼ਾਹ ਨੇ 9 ਨਿੱਧਾਂ 12 ਸਿੱਧਾਂ ਬਖਸ਼ ਦਿੱਤੀਆਂ, ਐਸੀ ਕਿਰਪਾ ਕੀਤੀ, ਐਸੀ ਰਹਿਮਤ ਕੀਤੀ। ਉਹ ਮਾਈ ਸਰਖਾਨਾ ਜਿਸ ਦੇ ਨਾਮ ਉੱਤੇ ਅੱਜ ਉਸ ਦਾ ਪਿੰਡ, ਉਸ ਦੇ ਨਾਮ ਤੇ ਮਾਈ ਸਰਖਾਨਾ ਸਾਧ ਸੰਗਤ ਮਾਲਵੇ ਵਿੱਚ ਪ੍ਰਸਿੱਧ ਹੈ, ਜਿੱਥੇ ਲੋਕ ਦਰਸ਼ਨ ਕਰਕੇ ਆਪਣੀਆਂ ਮਨੋਕਾਮਨਾ, ਆਪਣੀਆਂ ਮਨੋ ਮੁਰਾਦਾਂ ਪ੍ਰਾਪਤ ਕਰਦੇ ਨੇ। ਸਤਿਗੁਰੂ ਆਖ ਰਹੇ ਨੇ ਕਿ ਗੁਰਸਿੱਖਾ, ਤੂੰ ਜੇ ਪਿਆਰ ਕਰਨਾ ਹਿਰਦੇ ਵਿੱਚੋਂ ਕਰ। ਤੇਰਾ ਪਿਆਰ, ਤੇਰੀ ਪ੍ਰੀਤ ਹਿਰਦੇ ਵਿੱਚੋਂ ਹੋਣੀ ਚਾਹੀਦੀ ਹੈ। ਤੇਰੀ ਐਸੀ ਅਵਸਥਾ ਬਣ ਜਾਵੇ ਕਿ ਗੁਰੂ ਦੇ ਪਿਆਰ ਵਿੱਚ ਤੂੰ ਹਮੇਸ਼ਾ ਰੰਗਿਆ ਰਵੇਂ, ਜਿਸ ਤਰ੍ਹਾਂ ਮਾਈ ਸਰਖਾਨਾ ਰੰਗੀ ਹੋਈ ਸੀ। ਮੀ ਸ਼ਮ ਸ਼ਮ ਵਰਸੇ ਜੀ, ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਤਾਂਗਾ ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾ ਪਿਆਰਿਆ, ਸ਼ਮ ਸ਼ਮ ਵਰਸੇ ਜੀ, ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਚੰਦਨ ਤੇਰਾ ਦਾਸ ਗੁਰੂ ਜੀ, ਚਰਨ ਧੂੜ ਤੇਰੀ ਮੰਗਦਾ ਏ, ਚੰਦਨ ਤੇਰਾ ਦਾਸ ਗੁਰੂ ਜੀ, ਚਰਨ ਧੂੜ ਤੇਰੀ ਮੰਗਦਾ ਏ। ਇੱਕ ਪਲ ਦਾ ਸਤਿਗੁਰ ਵਿਛੋੜਾ, ਸਦੀਆਂ ਵਾਂਗੂ ਲੰਘਦਾ ਏ, ਜਾਣ ਪੂਰੀਆਂ ਜੀ ਮੇਰੀਆਂ ਪ੍ਰੀਤਮ ਦੇ ਨਾਲ ਸਾਂਝਾਂ। ਚਮ ਚਮ ਵਰਸੇ ਜੀ, ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ, ਪਿਆਰਿਆ ਗੁਰ ਮਿਲਣੇ ਦੀਆਂ ਤਾਂਗਾਂ। ਮੁਕਤ ਭੁਗਤ ਤੇ ਜੁਗਤੀ ਵਾਲੀ ਮਿਲਦੀ ਦਾਤ ਪਿਆਰੀ ਏ, ਮੁਕਤ ਭੁਗਤ ਤੇ ਜੁਗਤੀ ਵਾਲੀ ਮਿਲਦੀ ਦਾਤ ਪਿਆਰੀ ਏ। ਗੁਰੂ ਬਿਨਾ ਮਨ ਘੋਰ ਅੰਧੇਰਾ, ਕਹਿੰਦੀ ਦੁਨੀਆ ਸਾਰੀ ਏ, ਗੁਰੂ ਬਿਨਾ ਮਨ ਘੋਰ ਅੰਧੇਰਾ, ਕਹਿੰਦੀ ਦੁਨੀਆ
ਅੱਖੀਆਂ ਨੇ ਤਰਸਦੀਆਂ, ਪੁੱਟਾਂ ਗੁਰ ਵੱਲ ਕਦੋਂ ਬੁਲਾਉਂਗਾ। ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਗੁਰ ਮਿਲਣੇ ਦੀਆਂ ਤਾਂਗਾਂ ਪਿਆਰਿਆ, 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 ਮੀਂਹ ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਮੀ ਸ਼ਮ ਸ਼ਮ ਵਰਸੇ ਜੀ ਪਿਆਰਿਆ, ਗੁਰ ਮਿਲਣੇ ਦੀਆਂ ਤਾਂਗਾਂ। ਤੂੰ ਹੀ ਦਿਲ
तू ही जज्बात है, तू मेरे साथ है, तू मेरे साथ है, तू मेरे साथ है। सदा साथ रहना सदा, बस यही है मुझे तुझसे कहना सदा, साथ रखना सदा साथ रहना सदा, बस यही है मुझे तुझसे कहना सदा, साथ तू है तो जग साथ है, तू मेरे साथ, तू मेरे साथ है, तू मेरे साथ है, तू मेरे साथ है, तू मेरे साथ। कलम बनाई काने दी, सतगुर मेरे चाबी दित्ती इक अनमोल खजाने दी। हो जावे शुकराना होदा कलम बनाई काने दी, सतगुर मेरे चाबी दित्ती इक अनमोल खजाने दी। हो जावे शुकराना होदा बख्शिश करके सतगुर, नाम दी बख्शिश करके सतगुर, कट्टी फिक्र दीवाने दी, सतगुर मेरे चाबी दित्ती इक अनमोल खजाने दी। हो जावे शुकराना होदा कलम बनाई काने दी, सतगुर मेरे चाबी दित्ती इक अनमोल खजाने दी। हो जावे शुकराना होदा चंगा किता मेरे
ਖਜ਼ਾਨੇ ਦੀ ਸਤਿਗੁਰ ਮੇਰੇ ਚਾਬੀ ਦਿੱਤੀ ਇੱਕ ਅਨਮੋਲ ਖਜ਼ਾਨੇ ਦੀ ਹੋ ਜਾਵੇ ਸ਼ੁਕਰਾਨਾ ਉਹਦਾ ਕਲਮ ਬਣਾਈ ਕਾਨੇ ਦੀ ਸਤਿਗੁਰ ਮੇਰੇ ਚਾਬੀ ਦਿੱਤੀ ਇੱਕ ਅਨਮੋਲ ਖਜ਼ਾਨੇ ਦੀ ਹੋ ਜਾਵੇ ਸ਼ੁਕਰਾਨਾ ਉਹਦਾ ਸਿਫਤ ਕਰੂਗਾ ਸਿੱਧੂ ਹਰ ਸਾ ਸਿਫਤ ਕਰੂਗਾ ਤੇਰੇ ਹਰ ਨਜ਼ਰਾਨੇ ਦੀ ਸਤਿਗੁਰ ਮੇਰੇ ਚਾਬੀ ਦਿੱਤੀ ਇੱਕ ਅਨਮੋਲ ਖਜ਼ਾਨੇ ਦੀ ਹੋ ਜਾਵੇ ਸ਼ੁਕਰਾਨਾ ਉਹਦਾ ਕਲਮ ਬਣਾਈ ਕਾਨੇ ਦੀ ਸਤਿਗੁਰ ਮੇਰੇ ਚਾਬੀ ਦਿੱਤੀ ਇੱਕ ਅਨਮੋਲ ਖਜ਼ਾਨੇ ਦੀ ਹੋ ਜਾਵੇ ਸ਼ੁਕਰਾਨਾ ਉਹਦਾ ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਨਮਃ
शिव जी सदा
शिवा।